ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ 'ਤੇ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਨਿਊ ਵੈਕੈਂਸੀਜ਼ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ। ਠੀਕ ਹੈ ਜੀ, ਪਬਲਿਕ ਨੋਟਸ ਜੋ ਦੇ ਰੱਖਿਆ ਹੈ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਕਿਹੜੇ ਕੈਟਾਗਰੀ ਦੇ ਕਿੰਨੇ ਜਿਹੜੇ ਰੱਖਣੇ ਨੇ। ਤਾਂ ਇਹਦੇ ਵਿੱਚ ਉਹਨਾਂ ਨੇ ਪੇ ਸਕੇਲ ਦੇ ਰੱਖਿਆ, ਫਿਰ ਕੁਆਲੀਫਿਕੇਸ਼ਨ ਦੇ ਰੱਖੀ ਆ, ਐਂਡ ਏਜ ਲਿਮਿਟ ਦੇ ਰੱਖੀ ਆ। ਠੀਕ ਹੈ ਜੀ, ਜਨਰਲ ਆ ਜਿਹੜੇ ਉਹ ਰੱਖਣੇ ਨੇ ਉਹਨਾਂ ਨੇ 14, ਐਸਸੀ 3, ਮਜ਼੍ਹਬੀ ਸਿੱਖ ਬਾਲਮਿਕ, PHC ਫਰੀਡਮ ਫਾਈਟਰ, ਠੀਕ ਹੈ ਜੀ, SC OBC ਆ ਗਏ। ਟੋਟਲ 32 ਵੈਕੈਂਸੀਆਂ ਨੇ। ਠੀਕ ਹੈ ਜੀ, ਨੈਕਸਟ ਉਹਨਾਂ ਨੇ ਆਪਾਂ ਨੂੰ ਫੋਰਮ ਦੇ ਰੱਖਿਆ। ਇਹ ਜਿਹੜੀ ਪੋਸਟ ਹੈਗੀ ਉਹ ਔਨਲਾਈਨ ਅਪਲਾਈ ਹੋਊਗੀ। ਇਹ ਜਿਹੜਾ ਫੋਰਮ ਆਪਾਂ ਡਾਊਨਲੋਡ ਕਰਕੇ ਫਿਲ ਕਰਕੇ ਜਿਹੜਾ ਪੋਸਟ ਆਫਿਸ ਦੇ ਵਿੱਚ ਜਮ੍ਹਾਂ ਕਰਵਾਉਣਾ। ਠੀਕ ਹੈ ਜੀ, ਆ ਇੰਟਰਵਿਊ ਦੀ ਡੇਟ ਦੇ ਰੱਖੀ ਆ, ਪੂਰੀ ਡਿਟੇਲ ਨੂੰ ਧਿਆਨ ਨਾਲ ਪੜ੍ਹ ਲੈਣਾ। ਠੀਕ ਹੈ ਜੀ, ਇਹ ਸੀਗੀਆਂ ਆਪਣੀਆਂ ਲੁਧਿਆਣਾ ਡਿਸਟ੍ਰਿਕਟ ਕੋਰਟ ਦੀਆਂ ਵੈਕੈਂਸੀਜ਼। ਜਿਹੜੀ ਚੀਜ਼ ਸਮਝ ਨਹੀਂ ਆਈ ਉਹ ਕਮੈਂਟ ਕਰਕੇ ਪੁੱਛ ਲਿਓ। ਅੱਜ ਲਈ ਸਿਰਫ ਇੰਨਾ ਹੀ, ਥੈਂਕ ਯੂ।